ਪੂਰੇ ਗੁਰੂ ਦੀ ਦਿੱਤੀ ਮਤ ਅਨੁਸਾਰ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਖੁੱਲ ਕੇ ਬੋਲੋ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜਿਉਂਦੇ ਰਹੋ ਆਨੰਦ ਆ ਗਿਆ ਸਿਮਰ 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 ਸੁੱਖ ਪਾਇਆ ਵੇਖੋ ਸਪਸ਼ਟ ਕਰਤਾ ਜਿਹੜਾ ਪੂਰੇ ਗੁਰੂ ਦੀ ਮੱਤ ਲਿਖ ਕੇ ਸਿਮਰਨ ਕਰੂਗਾ ਉਹਦੀ ਝੋਲੀ 'ਚ ਕੀ ਪਊਗਾ ਸੁੱਖ ਪੈਣਗੇ ਭੁਲੇਖਾ ਤਾਂ ਨਹੀਂ ਕੋਈ ਤੈਂ ਜਿੱਥੇ ਪੂਰੇ ਗੁਰੂ ਦੀ ਗੱਲ ਚੱਲੂਗੀ ਨਾ ਉੱਥੇ ਲਿਖਿਆ ਤੈਂ ਪਰਮ ਭੁਲੇਖਾ ਨਾਹੀਂ ਨਾ ਪਰਮੰਗ ਨਾ ਪਿੱਤਰ ਹੈ ਅਰਥ ਨਹੀਂ ਕੀਤਾ ਕਦੀ ਨਾ ਪਰਮੰਗ ਜਦੋਂ ਪੂਰੇ ਗੁਰੂ ਦੀ ਗੱਲ ਚੱਲੂਗੀ ਕੋਈ ਪਰਮ ਕਰਨ ਵਾਲੀ ਗੱਲ ਨਹੀਂ ਕੋਈ ਭੁਲੇਖੇ ਵਾਲੀ ਗੱਲ ਨਹੀਂ ਜੇ ਗੁਰੂ ਨੇ ਗੁਰਬਾਣੀ 'ਚ ਲਿਖਿਆ ਸਿਮਰ 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 ਸੁੱਖ ਪਾਇਆ ਅਤੇ ਕਮੀ ਹੁਣ ਸਾਡੀ ਹੈ ਜਿਹੜੇ ਅਸੀਂ ਦੁਖੀ ਹਾਂ ਨਾ ਸੰਸਾਰ ਦੇ ਲੋਕ ਨਾਨਕ ਦੁਖੀਆ ਸੰਸਾਰ ਦੁਖੀ ਨਹੀਂ ਸੰਸਾਰ ਦੁਖੀ ਹੋਇਆ ਹੈ ਪੂਰੇ ਗੁਰੂ ਦੀ ਗੱਲ ਨਹੀਂ ਮੰਨੀ ਆਖੋ ਵਾਹਿਗੁਰੂ ਅੱਜ ਵਾਲੇ ਬਚਨ 'ਚ ਭਾਈ ਸਾਹਿਬ ਕੀ ਕਹਿ ਕੇ ਕਹਿ ਪੂਰੇ ਗੁਰ ਕਾ ਸੁਣ ਸੁਣਿਆ ਨਹੀਂ ਚਰਾਇਆਂ ਵਿੱਚ ਦੀਵੇ ਜਗਾ ਤੇ ਜਾ ਕੇ ਸਮਝ ਰਹੇ ਹੋ ਕਿ ਨਹੀਂ ਹਾਜ਼ਰ ਹੋ ਕਿੱਥੇ ਜਾ ਕੇ ਜਿੱਥੇ ਚਾਰ ਰਸਤੇ ਕੱਟਦੇ ਆ ਕਿਸੇ ਨੇ ਕਿਹਾ ਉੱਥੇ ਦੀਵਾ ਜਗਾ ਦੇ ਦੀਵਾ ਜਗਾ ਤਾ ਕਿਸੇ ਨੇ ਕਿਹਾ ਸਵਾਹ ਦੀ ਪੁੜੀ ਲੈ ਜਾ ਸਵਾਹ ਦੀ ਪੁੜੀ ਲੈਣ ਦੀ ਕਿਸੇ ਨੇ ਕਿਹਾ ਅਲਾਚੀਆਂ ਲੈ ਜਾ ਅਲਾਚੀਆਂ ਲੈਣ ਦੀਆਂ ਮਗਰ ਉਹ ਗੱਲ ਨਹੀਂ ਮੰਨੀ ਪੂਰੇ ਗੁਰ ਕਾ ਪੂਰੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਉਹ ਨਾ ਸੁਣਨ ਕਰਕੇ ਸੰਸਾਰ ਦੁਖੀ ਆ ਮੈਂ ਪਹਿਲੀ ਇੱਕ ਬਚਨ ਕਿਹਾ ਮੇਰੀ ਉਹ ਧੀਓ ਬੱਚਿਓ ਗੁਰੂ ਸਿੱਖੋ ਸੰਸਾਰ ਦੁਖੀ ਨਹੀਂ
ਹਾਂਜੀ ਦੁਖੀ ਹੋਇਆ ਹੈ, ਦੁੱਖ ਹੈ ਨਹੀਂ, ਦੁੱਖ ਨਹੀਂ ਨਹੀਂ ਬਣੀ ਆਉਂਦੀ ਜੀ, ਦੁੱਖ ਨਹੀਂ, ਸਭ ਸੁੱਖ ਹੀ ਹੈ ਰਹੇ। ਉਹਦੇ ਕਹਿੰਦੇ ਦੁੱਖ ਹੈ ਹੀ ਨਹੀਂ, ਉਹਦੇ ਕਹਿੰਦੇ ਹਾਰ ਹੈ ਹੀ ਨਹੀਂ। ਨਹੀਂ ਪਤਾ ਲੱਗਾ ਜੀ, ਦੋ ਸ਼ਬਦ, ਇੱਕ ਦੁੱਖ, ਮੈਂ ਦੁਖੀ ਬਣਾ, ਮੈਂ ਇਸ ਗੱਲ 'ਚ ਹਾਰ ਗਿਆ। ਉਹ ਕਹਿੰਦੇ ਹਾਰ ਹੈ ਹੀ ਨਹੀਂ, ਹਾਰ ਨਹੀਂ, ਸਭ ਜੀਤ ਹੈ। ਪੰਜਵੇਂ ਪਾਤਸ਼ਾਹ ਜੀ ਕਹਿ ਰਹੇ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਦੁੱਖ ਨਹੀਂ, ਸਭ ਸੁਖੀ ਹੈ ਰਹੇ। ਤੂੰ ਦੁਖੀ ਹੋਇਆ ਹੈ, ਨਾ ਤੈਨੂੰ ਕਿਸੇ ਨੇ ਦੁਖੀ ਕੀਤਾ ਹੈ, ਨਾ ਦੁੱਖ ਪਹਿਲੀ ਸੰਸਾਰ 'ਚ ਪੈਦਾ ਹੋਇਆ ਹੈ। ਆਖੋ ਵਾਹਿਗੁਰੂ, ਦੁਖੀ ਤੂੰ ਖੁਦ ਹੈ। ਸੂਰਜ ਵੱਲ ਨੂੰ ਪਿੱਠ ਕਰਕੇ ਖਲੋਤਾ ਹੈ, ਫਿਰ ਕਿਤੇ ਮੈਨੂੰ ਰੋਸ਼ਨੀ ਨਹੀਂ ਆਉਂਦੀ। ਰੱਬ ਵੱਲ ਨੂੰ ਮੂੰਹ ਤੂੰ ਨਹੀਂ ਕੀਤਾ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਤੁਸੀਂ ਮੇਰੀਆਂ ਭੈਣਾਂ ਵੀਰ ਗੁਰਸਿੱਖ ਚੇਤੇ ਕਰਿਓ, ਜਦੋਂ ਆਪਾਂ ਸੂਰਜ ਵੱਲ ਨੂੰ ਪਿੱਠ ਕੀਤੀ ਹੁੰਦੀ, ਮੂੰਹ ਕਾਲਾ ਲੱਗਦਾ ਹੈ, ਕਿਉਂਕਿ ਪਰਛਾਵਾਂ ਪੈ ਗਈਆਂ ਨਾ। ਜਦੋਂ ਸੂਰਜ ਵੱਲ ਨੂੰ ਮੂੰਹ ਕੀਤਾ ਹੋਵੇ, ਮੂੰਹ ਲਾਲ ਸੁਰਖ ਲੱਗਦਾ ਹੈ। ਤੁਸੀਂ ਤੇ ਮੈਂ ਇਸ ਸੂਰਜਾਂ ਦੇ ਸੂਰਜ ਵੱਲ ਪਿੱਠ ਕੀਤੀ, ਸੱਚਮੀ 'ਚ ਕੀਤੀ। ਆਖੋ ਵਾਹਿਗੁਰੂ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ, ਤੂੰ ਕਦੀ ਪੂਰੇ ਗੁਰੂ ਦੀ ਗੱਲ ਸੁਣ ਲੈਨੋ ਤੇ ਕਦੀ ਰੱਬ ਨੂੰ ਦੂਰ ਵੇਖ ਦੋ ਹੀ ਨਾ। ਪਾਰ ਬ੍ਰਹਮ ਨਿਕਟ ਕਰ ਪੇਖ, ਤੇ ਤੈਨੂੰ ਮੇਰਾ ਗੁਰੂ ਗੱਲ ਨਾ ਲਾਉਂਦਾ, ਤੂੰ ਉਹਨੂੰ ਦੱਸ ਦੋ, ਸਤਿਗੁਰੂ ਮੈਨੂੰ ਇਤਨਾ ਲੱਗਦਾ ਜੀ ਕਿ ਮੈਂ ਦੁਖੀ ਹਾਂ। ਕਹਿੰਦੇ ਨਹੀਂ ਨਹੀਂ, ਤੂੰ ਸਾਥ ਸਾਥ ਸਿਮਰੋ ਗੋਬਿੰਦ, ਤੂੰ ਸਵਾਸ ਸਵਾਸ ਗੋਬਿੰਦ ਦਾ ਸਿਮਰਨ ਕਰ, ਫਿਰ ਮਨ ਅੰਤਰ ਕੀ ਉਤਰੇ। ਜਿਹੜੀ ਗੱਲੋਂ ਤੂੰ ਪਰੇਸ਼ਾਨ ਆ, ਤੇਰੇ ਮਨ ਦੇ ਵਿੱਚ ਪਰੇਸ਼ਾਨੀ ਆ, ਤੂੰ ਕਹਿੰਦਾ ਮੈਂ ਪਰੇਸ਼ਾਨ ਆ, ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਬੰਦੇ ਖੋਜ ਦਿਲ ਹਰ ਰੋਜ਼, ਬਾਣੀ ਆਉਂਦੀ ਬੋਲੋ ਗੁਰੂ ਕੇ ਸਿੱਖੋ, ਦੇਖ ਅੰਦਰ ਕਿਤੇ ਨੁਕਸ ਪਿਆ ਹੈ, ਜੇ ਖੱਟੇ ਡਕਾਰ ਆਇਆ ਤੇ ਕਿਤੇ ਅੰਦਰ ਕੋਈ ਭੋਜਨ ਮਾੜਾ ਹੈ, ਜੇ ਗੈਸ ਹੋਈ ਆ ਤੇ ਅੰਦਰ ਕੋਈ ਭੋਜਨ ਮਾੜਾ ਖਾਧਾ ਗਿਆ। ਬੰਦੇ ਖੋਜ, ਸ਼ਾਬਾਸ਼, ਦਿਲ ਹਰ ਰੋਜ਼, ਨੇਤਾ ਪ੍ਰਤੀ ਵੇਖਿਆ ਕਰ ਨੁਕਸ ਕਿੱਥੇ ਪਿਆ। ਕਮਾਲ ਦੀ ਗੱਲ ਆ, ਤੇਰੀ ਭੱਜੀ ਭੱਜੀ ਜਾਂਦੀ ਗੱਡੀ ਰੁਕ ਜਾਂਦੀ ਹੈ ਤੇ ਤੂੰ ਉਤਰ ਕੇ ਬੋਨਟ ਖੋਲਦਾ, ਖੋਲਦਾ ਕਿ ਨਹੀਂ ਬੋਲੋ, ਕੀ ਵੇਲਾ ਹੈ, ਕਿੱਥੇ ਨੁਕਸ ਪਿਆ। ਇੱਧਰ ਤੂੰ ਕਦੀ ਨਹੀਂ ਚੇਤਾ ਕੀਤਾ ਵੀ ਮੈਂ ਵੇਖਾਂ ਮੇਰੀ ਜ਼ਿੰਦਗੀ 'ਚ ਨੁਕਸ ਕਿੱਥੇ ਪਿਆ। ਉਹ ਤਾਂ ਕਹਿੰਦੇ ਦੁੱਖ ਹੈ ਨਹੀਂ, ਉਹ ਤਾਂ ਸੁੱਖ ਹੀ ਸੁੱਖ ਕਹਿੰਦੇ। ਆਖੋ ਵਾਹਿਗੁਰੂ। ਉਹ ਗੱਡੀ ਖਲੋ ਕਿਤੇ ਨਾ ਸਕਦੀ ਜਿਹੜੀ ਗੱਡੀ ਨੂੰ ਧੱਕਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਹੋਵੇ। ਜਿਹੜੀ ਗੱਡੀ ਚਲਾਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਸਿੱਖੀ ਦਾ ਰਾਹ ਚਲਾਇਆ ਕਿੰਨੇ, ਪੰਥ ਖਾਲਸਾ ਸਜਾਇਆ ਕਿੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਕਿੱਥੇ ਜਾ ਕੇ ਰੁਕ ਗਿਆ, ਕਿਉਂ ਰੁਕ ਗਿਆ, ਵੇਖੋ ਤੇ ਸਹੀ। ਜੇ ਤੁਸੀਂ ਬੋਨਟ ਖੋਲ੍ਹ ਕੇ ਵੇਖਦੇ ਹੋ, ਕਦੀ ਇਹਨੂੰ ਹੱਥ ਮਾਰ ਦਿਓ, ਕਦੀ ਇਹਨੂੰ ਹੱਥ ਮਾਰ ਦਿਓ, ਕਿਸੇ ਐਸ ਬੁੱਧੀ ਦੇ ਵਿੱਚ ਵੀ ਮੇਰਾ ਗੁਰੂ ਨਾਨਕ ਪਾਤਸ਼ਾਹ ਕਹਿੰਦਾ, ਬੰਦੇ ਖੋਜ ਹਰ ਰੋਜ਼। ਇੱਕ ਵਾਰ ਸਵੇਰੇ ਉੱਠ ਕੇ ਜੇ ਕੋਈ ਗੱਡੀ ਪਹਿਲੋਂ, ਮੈਨੂੰ ਨਹੀਂ ਪਤਾ ਹੁਣ ਕਰਦੇ ਕਿ ਨਹੀਂ ਲੋਕੀ, ਮੈਂ ਤਾਂ ਚਲਾਉਂਦਾ ਨਹੀਂ, ਪਹਿਲੋਂ ਲੋਕੀ ਤੁਰਨ ਲੱਗੇ ਗੱਡੀ, ਬੋਨਟ ਖੋਲ੍ਹ ਕੇ ਪਾਣੀ ਦੂਸਰਾ ਸਭ ਕੁਝ ਚੈੱਕ ਕਰਦੇ ਸੀ, ਹੁਣ ਨਹੀਂ ਕਰਦੇ। ਇਸੇ ਤਰ੍ਹਾਂ ਇਨਸਾਨ ਆਪਣੇ ਅੰਦਰ ਝਾਤੀ ਨਹੀਂ ਮਾਰਦਾ ਵੀ ਮੈਂ ਅੱਜ ਜ਼ਿੰਦਗੀ ਬਤੀਤ ਕਰਨ ਲੱਗਾ, ਕਿਤਰਾ ਜ਼ਿੰਦਗੀ ਬਤੀਤ ਕਰਨੀ ਆ, ਮੈਂ ਨਿਤਨੇਮ ਕੀਤਾ, ਮੈਂ ਸਿਮਰਨ ਕੀਤਾ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ।
ਗੁਰਸਿੱਖ ਰਹਿਤ ਸੁਣੋ ਹੇ ਮੀਤ ਆ ਕਿਹਾ ਗੁਰੂ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਮੇਰੇ ਮਿੱਤਰਾ ਗੁਰਸਿੱਖਾ ਕੀ ਕਰ, ਰਹਿਤ ਸੁਣ ਮੇਰੇ ਮੂੰਹ ਤੋਂ, ਪ੍ਰਭਾਤੇ ਉੱਠ ਕਰ ਹਿੱਤ ਚੀਤ, ਸਵੇਰੇ ਉੱਠ ਕੇ ਪਿਆਰ ਦੇ ਨਾਲ ਆਪਣਾ ਮਨ ਟਕਾ ਕੇ ਕਰ ਇਸ਼ਨਾਨ। ਆ ਕਰਦੇ ਹਾਂ ਪਰ ਇੰਜਣ ਕਿਤਨਾ ਚੱਲ ਪਏ, ਗੱਡੀ ਕਿਤਨਾ ਚੱਲ ਪਏ, ਕਰ ਇਸ਼ਨਾਨ, ਪੜ੍ਹੇ ਜਪ ਜਾਪ, ਪੜ੍ਹੇ ਜਪ ਜਾਪ, ਜਪਜੀ ਸਾਹਿਬ ਤੇ ਜਾਪ ਸਾਹਿਬ ਦੀ ਬਾਣੀ ਪੜ੍ਹੇ, ਪੜ੍ਹਦੇ ਹਾਂ ਇੰਜਣ ਤੇ ਆਪੇ ਖਲੋਣਾ ਕਿਤੇ ਨਾ ਕਿਤੇ ਰਾਤ ਜਾ ਕੇ, ਦੁਖੇ ਤਾਂ ਆਉਣੇ ਹੀ ਆਉਣੇ ਨੇ। ਫਿਰ ਆਖਿਆ ਫਿਰ ਕੀ ਕਰੇ ਜੀ, ਕਹਿੰਦੇ ਵਾਹਿਗੁਰੂ ਨਿਤ ਬਚਨ ਉਚਾਰੇ, ਗੁਰੂ ਕੇ ਸਿੱਖਾ ਸੁਣ ਵਾਹਿਗੁਰੂ ਨਿਤ ਬਚਨ ਉਚਾਰੇ, ਵਾਹਿਗੁਰੂ ਕੋ ਹਿਰਦੇ ਤਾਰੇ, ਆਪਣੇ ਹਿਰਦੇ ਚ ਵਸਾਉਣਾ ਵਾਹਿਗੁਰੂ ਨੂੰ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ, ਇਹ ਜੋ ਦੁਨੀਆ ਸਿਹਰ, ਇੱਧਰ ਵੇਖੋ ਸਿਹਰ ਮੀਨ ਸ਼ਹਿਰ, ਸ਼ਹਿਰ ਵਾਲੇ ਸਪੈਲਿੰਗ ਨਹੀਂ ਗੇ ਉੱਥੇ, ਸੱਸੇ ਨੂੰ ਸਿਹਾਰੀ ਹਾਹਾ ਰਾਰੇ ਦੇ ਉਂਕੜ, ਹੁਣ ਬਣਾਓ ਕੀ ਹੈ ਸਿਹਰ, ਤੇ ਸਿਹਰ ਦਾ ਅਰਥ ਹੱਥ ਖੜਾ ਕਰੋ ਕੋਈ ਪਤਾ ਦੇ, ਸਿਹਰ ਦਾ ਅਰਥ ਜਾਦੂਗਰ, ਇਹ ਦੁਨੀਆਂ ਜਾਦੂਗਰ ਦਾ ਇੱਕ ਖੇਲ ਹੈ। ਅੱਜ ਉਹ ਤੁਹਾਨੂੰ ਬਾਜ਼ਾਰ ਸੱਜੇ ਦਿਸ ਰਹੇ ਆ, ਨਿਊਯਾਰਕ ਦਿਸ ਰਿਹਾ, ਨਿਊਜਰਸੀ ਦਿਸ ਰਹੀ ਆ, ਕਲੀਵਲੈਂਡ ਦਿਸ ਰਿਹਾ ਨਾ, ਇੱਕ ਜਾਦੂਗਰ ਨੇ ਝੋਲੇ ਵਿੱਚੋਂ ਸਭ ਕੁਝ ਕੱਢਿਆ, ਸ਼ਬਦ ਵਿੱਚੋਂ ਕੱਢਿਆ, ਕੀਤਾ ਵਸਾਓ, ਇੱਕ ਗੱਲ ਨਾਲ ਹੀ ਨਿਕਲ ਜਾ ਬਈ ਅਸਰ ਅੱਗ ਦੁਨੀਆਂ ਜਿਹੜੀ ਅੱਗੇ ਵਿਖਾਈ, ਇੱਕ ਜਾਦੂਗਰ ਦਾ ਖੇਲ ਹੈ। ਮੈਂ ਨੀ ਕਹਿੰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਜੋ ਦੁਨੀਆਂ ਸਿਹਰ ਮੇਲਾ, ਦਸਤਗਿਰੀ ਦਾ ਅਰਥ ਇਹ ਹੁੰਦਾ ਵਾ ਵੀ ਹੱਥ ਚ ਆਉਣ ਵਾਲੀ ਚੀਜ਼ ਨਹੀਂ। ਤੁਹਾਡੇ ਬਜ਼ੁਰਗ ਚਲੇ ਗਏ, ਮੇਰੇ ਬਜ਼ੁਰਗ ਚਲੇ ਗਏ, ਜਿੱਦਣ ਗਏ ਕੋਈ ਚੀਜ਼ ਹੱਥ ਚ ਸੀ, ਖੇਡਦਾ ਤਰਿਆ, ਹੋਸਟਲ ਵਾਲੇ ਭੈਣ ਜੀ ਪਤਾ ਲੱਗ ਰਿਹਾ ਕੀ ਭਲਾ, ਨਹੀਂ ਫੜੀ ਤੇ ਫਿਰਦਾ ਰਿਹਾ ਸਾਰਾ ਜੀਵਨ। ਜਿਸ ਤਰ੍ਹਾਂ ਕੋਈ ਜਾਦੂਗਰ ਘੜੀ ਕੱਢ ਦੇਵੇ, ਫੋਨ ਕੱਢ ਦੇਵੇ ਤੇ ਦਿਸਣ ਤੇ ਡਿਆ ਹੀ ਆ, ਆਖੋ ਵਾਹਿਗੁਰੂ, ਕੋਈ ਮੇਰੇ ਵਰਗਾ ਮੂਰਖ ਉੱਤੋਂ ਘੜੀ ਚੁੱਕ ਕੇ ਜੇਬ ਚ ਪਾ ਲਿਆ ਤਾਂ ਹੱਥ ਚ ਵੀ ਫੜ ਛੱਡੇ, ਮਗਰ ਜਦੋਂ ਘਰ ਨੂੰ ਜਾਊਗਾ ਹੱਥ ਚ ਨਹੀਂ ਹੋਊਗੀ। ਇਸ ਤਰ੍ਹਾਂ ਹੀ ਅਸੀਂ ਸਾਰੇ ਜੇ ਤੇ ਟਿਕੇ ਹੋ ਤੇ, ਇਸ ਤਰ੍ਹਾਂ ਹੀ ਅਸੀਂ ਸਾਰੇ ਵੇਖਣ ਤਾਂ ਨਾ ਵੀ ਦੁਨੀਆਂ ਹੈਗੀ, ਮੇਰਾ ਪੋਤਰਾ, ਮੇਰੀ ਪੋਤਰੀ, ਮੇਰਾ ਦੋਤਰਾ, ਮੇਰਾ ਘਰ, ਮੇਰਾ ਮੋਟਰਸਾਈਕਲ, ਮੇਰੀ ਗੱਡੀ, ਕਹਿੰਦੇ ਕਿ ਨਹੀਂ, ਮਗਰ ਜਾਣ ਲੱਗਿਆ ਜਿਸ ਤਰ੍ਹਾਂ ਜਾਦੂਗਰ ਦਾ ਖੇਲ ਵੇਖਣ ਵਾਲੇ ਦੇ ਹੱਥ ਚ ਜਾਣ ਲੱਗਿਆ ਕੁਛ ਨਹੀਂ ਹੁੰਦਾ, ਇਸ ਤਰ੍ਹਾਂ ਹੀ ਦੁਨੀਆਂ ਤੋਂ ਜਾਣ ਲੱਗੇ ਬੰਦੇ ਦੇ ਹੱਥ ਚ ਕੁਛ ਨਹੀਂ ਹੁੰਦਾ। ਇਹ ਜੋ ਦੁਨੀਆਂ ਸਿਹਰ ਮੇਲਾ, ਦਸਤ ਦਸਤ ਮਨੇ ਹੱਥ, ਦਸਤਗੀਰੀ ਨਾ ਏ, ਹੱਥ ਚ ਆਉਣ ਵਾਲੀ ਚੀਜ਼ ਨਹੀਂ ਗੀ, ਇਹ ਬੰਦੇ ਖੋਜ ਕੁਝ ਕਰ, ਇੱਕ ਚੀਜ਼ ਤੇਰੇ ਹੱਥ ਆ ਸਕਦੀ, ਆਖੋ ਵਾਹਿਗੁਰੂ ਕੀ, ਵਾਹਿਗੁਰੂ 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 ਟਿਕੋ ਹੋ ਭਲਾ ਇਹ ਹੱਥ ਜਾ ਸਕਦਾ, ਵਾਹਿਗੁਰੂ 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 ਵਾਹਿਗੁਰੂ
ਮਨ ਟਕਾ ਕੇ, ਮਨ ਟਕਾ ਕੇ ਕੋਈ ਚੁੱਪ ਨਾ ਰਹਿ ਜਿਓ ਸਾਹਿਬ ਨੇ ਸ਼ਬਦ ਪੜਿਆ ਸੀ ਸਾਸ ਸਾਸ ਸਿਮਰੋ ਫਿਰ ਕਿਉਂ ਚਾਹੁੰਦੇ ਤੇ ਇਹੀ ਹੈ ਨਾ ਮੇਰੀ ਚਿੰਤਾ ਲੱਸ ਜੇ ਤੈਨੂੰ ਤੇ ਪਤਾ ਨੀ ਅਜੇ ਚਿੰਤਾ ਦਾ ਨਾ ਹੀ ਲੱਗੇ ਪਤਾ ਆਖੋ ਵਾਹਿਗੁਰੂ ਵਾਹਿਗੁਰੂ ਕਦੀ ਐਸੀ ਗੁਰੂ ਗੋਬਿੰਦ ਸਿੰਘ ਸਾਹਿਬ ਇਹਨਾਂ ਬੱਚਿਆਂ ਨੂੰ ਸੀਸ ਗਏ ਇਹਨਾਂ ਨੂੰ ਪਤਾ ਇਹਨਾਂ ਹੋਵੇ ਚਿੰਤਾ ਕੀ ਹੁੰਦੀ ਐਸਾ ਜੀਵਨ ਨੂੰ ਖੇੜਾ ਬਖਸ਼ਦੇ ਮਨ ਅੰਤਰ ਕੀ ਉਤਰੇ ਚਿੰਨ ਬਣੇ ਚਿੰਤਾ ਆਖਿਆ ਜੀ ਰੋਜ਼ ਤੇ ਆਉਂਦੇ ਹਾਂ ਵਾਹਿਗੁਰੂ ਵੀ ਜਪਦੇ ਹਾਂ ਬੇਨਤੀਆਂ ਵੀ ਕਰਦੇ ਹਾਂ ਕਹਿੰਦੇ ਤੂੰ ਰੋਜ਼ ਆਉਣਾ ਹੈ ਰੋਜ਼ ਬੇਨਤੀਆਂ ਕਰਦਾ ਮਗਰ ਤੂੰ ਕਰਦਾ ਹੈ ਪਕੜ ਚ ਨਹੀਂ ਆ ਆਪ ਛੋੜ ਬੇਨਤੀ ਕਰੋ ਇਤਰਾ ਕਰੋ ਹਾਂ ਭਲਾ ਆਪਾਂ ਛੱਡ ਕੇ ਆਪਣਾ ਆਪ ਛੱਡ ਕੇ ਕਹਿ ਨਾ ਬੇਨਤੀ ਵੀ ਤੇ ਤੂੰ ਜਿਹੜਾ ਕੱਲ੍ਹ ਕਿਹਾ ਸੀ ਉਹਨੇ ਕਿਹਾ ਕੀ ਕਰਨ ਲੱਗਾ ਕਹਿੰਦਾ ਇਸ਼ਨਾਨ ਕਰਦਾ ਕਹਿੰਦਾ ਮਰੇਗਾ ਫਿਰ ਤੂੰ ਕਹੇਗਾ ਮੈਂ ਇਸ਼ਨਾਨ ਕੀਤਾ ਪਤਾ ਲੱਗਾ ਜੇ ਤੂੰ ਕਿਹਾ ਮੈਂ ਚੌਂਕੜਾ ਮਾਰਿਆ ਤਾਂ ਵੀ ਮਰੇਗਾ ਮੈਂ ਆ ਗਈ ਨਾ ਵਿੱਚ ਇੱਥੇ ਵੀ ਕਹਿੰਦੇ ਜਦੋਂ ਤੂੰ ਬੇਨਤੀ ਕਰਨੀ ਹੈ ਗੁਰੂ ਦੇ ਅੱਗੇ ਆਪਾਂ ਛੱਡ ਦੇ ਆਪ ਛੋੜ ਤੇ ਸਾਧ ਸੰਗ ਅਗਨ ਸਾਗਰ ਤਰੋ ਇਹ ਦੁਨੀਆਂ ਕੀ ਆ ਅਗਨ ਸਾਗਰ ਆ ਇੱਥੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਫਿਰ ਸੁਖ ਹੋਵੇ ਦਿਨ ਰਾਤੀ ਆਪਣਾ ਆਪ ਛੱਡਣਾ ਸੀ ਆਪ ਛੋੜ ਬੇਨਤੀ ਕਰੋ ਆਖਿਆ ਕਰੀਏ ਕੀ ਅੰਦਰ ਦੋ ਤਰ੍ਹਾਂ ਦਾ ਧਨ ਹੁੰਦਾ ਆਖੋ ਵਾਹਿਗੁਰੂ ਉੱਚੀ ਬੋਲੋ ਜੇ ਸ਼ਹੀਦਾਂ ਦੇ ਸਰਤਾਜ ਦਾ ਅੱਜ ਸ਼ਹੀਦੀ ਦੇਣਿਆ ਜਿਹੜਾ ਆਪਾਂ ਮਨਾਉਣ ਡੇ 10 ਤਰੀਕ ਤੋਂ ਆਰੰਭ ਹੋਇਆ
ਉਹ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਵੀ ਦੋ ਤਰ੍ਹਾਂ ਦਾ ਤਨ ਹੈ, ਗਉ ਕਰ ਪਕਰੀ ਨਾ ਆਈ ਹਾਥ। ਕਿਆ ਬਾਤ ਆ, ਬਾਣੀ ਆਉਂਦੀ ਜੀ, ਕਿਆ ਬਾਤ। ਗਉ ਕਰ ਪਕਰੀ ਨਹੀਂ, ਬੜੀ ਗਉ ਨਾਲ ਧਿਆਨ ਨਾਲ ਪੈਸਾ ਸੱਚਮੁੱਚ ਤੁਸੀਂ ਉਹਨਾਂ ਪੋਥੀ ਸਾਹਿਬ ਨੂੰ ਸੰਭਾਲ ਕੇ ਨਹੀਂ ਰੱਖਦੇ ਜਿੰਨਾ ਪੈਸੇ ਦੇ ਨੋਟ ਨੂੰ ਆਪਾਂ ਸੰਭਾਲ ਕੇ ਰੱਖਦੇ, ਮੈਂ ਕਿਤੇ ਗੁਆਚ ਨਾ ਜਾਏ। ਗਉ ਕਰ ਪਕਰੀ ਨਾ ਆਈ ਹਾਥ। ਅਗਲੇ ਜਿਨ੍ਹਾਂ ਜਿਨ੍ਹਾਂ ਬਾਣੀ ਆਉਂਦੀ, ਪ੍ਰੀਤ ਕਰੀ ਇਹਦੇ ਨਾਲ, ਕਾਹਦੇ ਨਾਲ, ਮਾਇਆ ਨਾਲ, ਚਾਲੀ ਨਹੀਂ ਸਾਥ। ਹਾਜ਼ਰ ਰਹੋ, ਧਿਆਨ ਦਿਓ, ਗਉ ਕਰ ਪਕਰੀ ਨਾ ਆਈ ਹੱਥ ਖੋਲਿਆ ਦੇ ਵਿੱਚ ਕੁਛ ਵੀ ਨਾ, ਧਿਆਨ ਨਾ ਫੜੀ ਸੀ। ਮਾਇਆ ਨਾਮ ਵੀ ਉਸ ਚੀਜ਼ ਦਾ ਜਿਹੜੀ ਮੂਵ ਹੁੰਦੀ, ਇੱਕ ਇੱਕ ਮਿੰਟ 'ਚ ਮੂਵ ਹੁੰਦੀ। ਅੱਜ ਮੇਰੇ ਕੋਲ, ਕੱਲ੍ਹ ਨੂੰ ਤੁਹਾਡੇ ਕੋਲ, ਪਰਸੋਂ ਦੂਸਰੇ ਕੋਲ, ਤੀਸਰੇ ਕੋਲ। ਇੱਕ ਮਹਾਤਮਾ ਇੱਕ ਦਿਨ ਅਨੰਦਪੁਰ ਸਾਹਿਬ ਕਥਾ ਕਰਦਾ ਸੀ, ਆਖੋ ਵਾਹਿਗੁਰੂ, ਦੁਨੀਆ 'ਤੇ ਸਭ ਤੋਂ ਜੇ ਕੋਈ ਬੇਵਫਾ ਹੈ, ਸ਼ਾਬਾ, ਕੌਣ? ਮਾਇਆ ਹੈ। ਇਹ ਕਿਸੇ ਦੀ ਨਹੀਂ ਹੋਈ, ਅੱਜ ਤੁਹਾਡੇ ਕੋਲ ਆ, ਕੱਲ੍ਹ ਤੁਹਾਡੇ ਗੁਆਂਢੀ ਦੇ ਸਾਹਮਣੇ ਜਾ ਕੇ ਡੇਰਾ ਲਾ ਕੇ ਬੈਠੀ ਅਤੇ ਮੂੰਹ ਚੜਾਉਂਦੀ, ਫੜ ਲਿਆ ਹੀ ਮੈਨੂੰ, ਬੜੀ ਪ੍ਰੀਤੀ ਕਰਦਾ ਸਾਂ, ਫੜ ਲਿਆ ਹੀ ਤੇਰੇ ਵੇਖਦਿਆਂ ਵੇਖਦਿਆਂ ਤੇਰੇ ਹੱਥੋਂ ਨਿਕਲ ਕੇ ਮੈਂ ਸਾਹਮਣੇ ਦੇ ਘਰ ਬੈਠੀ। ਬੇਵਫਾ ਕੌਣ ਹੈ ਸਭ ਤੋਂ ਵੱਡਾ? ਉੱਚੀ ਬੋਲੋ ਜੀ। ਅਤੇ ਫਿਰ ਬੇਵਫਾ ਦੇ ਨਾਲ ਤਾਂ ਕੋਈ ਯਾਰੀ ਪਾਉਂਦਾ ਨਹੀਂ, ਮਗਰ ਆਪਾਂ ਪਾ ਕੇ ਬੈਠੇ। ਗਉ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ ਨਾਨਕ ਜਬ ਤਿਆਗ ਦਈ ਤਬ ਉਹ ਚਰਨੀ ਆਏ ਪਈ, ਤਬ ਉਹ ਚਰਨੀ ਆਏ ਪਈ। ਗਰੀਬ ਨਿਵਾਜ ਪਾਤਸ਼ਾਹ ਜੀ ਅੱਜ ਕਹਿੰਦੇ ਵੀ ਵੇਖ, ਜਦੋਂ ਭੰਡਾਰੇ ਭਰਨੇ, ਦੋ ਤਰ੍ਹਾਂ ਦਾ ਤਨ ਆ, ਇੱਕ ਕਾਚਾ ਤਨ, ਇੱਕ ਸੱਚਾ ਤਨ। ਚੰਗੀ ਤਾਂ ਕੋਈ ਮੇਰੀ ਭੈਣ ਟਿਕੀ ਹੋਵੇ, ਮੇਰਾ ਵੀਰ ਕੋਈ ਟਿਕਿਆ ਹੋਵੇ, ਇਹ ਬਾਪੂ ਦੇ ਵਚਨ ਆ, ਆਖੋ ਵਾਹਿਗੁਰੂ। ਅਸੀਂ ਕੀ ਇਕੱਠਾ ਕਰਦੇ ਹਾਂ, ਇੱਧਰ ਵੇਖੋ। ਕਾਚਾ ਧਨ ਸੰਚੇ ਮੂਰਖ ਗਵਾਹ, ਕੱਚਾ ਧਨ ਜਿੰਨਾ ਪੈਸਾ ਵਾ ਇਹ ਕੀ ਆ? ਮੂਰਖ ਗਵਾਰ, ਮੂਰਖ ਗਵਾਰ ਜੀਵ, ਚੌਵੀ ਘੰਟੇ ਚਾਰ ਪੈਸੇ ਇਕੱਠੇ ਕਰ ਲਈਏ, ਚਾਰ ਪੈਸੇ ਇਕੱਠੇ ਕਰ ਲਈਏ, ਕਦੀ ਨਹੀਂ ਇਹਦੇ ਮੂੰਹ 'ਚੋਂ ਸੁਣਿਆ ਜੇ ਕਦੀ ਕਿਸੇ ਨੇ ਆਖਿਆ ਵੀ ਚਾਰ ਘੜੀਆਂ ਸਿਮਰਨ ਕਰ ਲਈਏ ਜਿਹੜਾ ਨਾਲ ਜਾਊਗਾ। ਚਲੀਏ ਜੀ ਸਵੇਰ ਤੋਂ, ਚਲੀਏ ਕਿੱਧਰ ਨੂੰ ਤੁਰਿਆ ਸਵੇਰੇ ਸਵੇਰ। ਮਾਇਆ ਕਰਨ ਧਾਵ ਹੀ ਧਾਵ ਹੀ ਮੈਨੇ ਭੱਜਦਾ ਹੈ, ਆਖ ਵਾਹਿਗੁਰੂ। ਜਿਹਨੂੰ ਉਸ ਕਸਵੱਟੀ ਦਾ ਪਤਾ ਨਹੀਂ ਨਾ ਅਜੇ ਗੁਰਮੁਖੋ, ਉਹਨੇ ਕਹਿਣਾ ਬਾਬਾ ਮਾਇਆ ਹੀ ਤਾਂ ਕਮਾਉਣ ਆਇਆ, ਹੋਰ ਕਿੱਧਰ ਆਏ? ਆਪਣਾ ਦੇਸ਼ ਛੱਡ ਕੇ ਇੱਥੇ ਆਣ ਕੇ ਬੈਠੇ, ਕਿੱਧਰ ਆਇਆ? ਪੈਸੇ ਹੀ ਕਮਾਉਣ ਆਇਆ? ਨਹੀਂ 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 ਨਹੀਂ, ਇਸੇ ਗੱਲ ਨੂੰ ਤੂੰ ਮਨੁੱਖਾ ਦੇਹ ਵਿੱਚ ਪਾ, ਪ੍ਰਾਣੀ ਤੂੰ ਆਇਆ, ਤੂੰ ਲਾਹਾ ਲੈਣਾ ਹੈ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਇਹ ਇਹ ਲਾਹ ਹੈ, ਨਾ ਕਿ ਪੈਸੇ ਕਮਾਉਣੇ ਲਾਹ। ਕਰ ਕਰ ਥਾਕੇ ਵੱਡੇ ਵਡੇਰੇ, ਕਿੰਨੇ ਨਾ ਕੀਏ ਕਾਜ ਮਾਇਆ ਪੂਰੇ। ਜਿਸ ਚੀਜ਼ ਤੋਂ ਤੂੰ ਇੱਕ ਦਿਨ ਇਹੀ ਕਹਿਣਾ ਵੀ ਮੇਰੀ ਭੁੱਖ ਨਹੀਂ ਮਿਟੀ, ਜਾਂ ਤੇ ਦੱਸ ਕਿਸੇ ਦੇ ਕੋਲ ਦੋ ਚਾਰ ਪੰਜ ਦਸ ਕਰੋੜ ਡਾਲਰ ਹੋਵੇ ਤੇ ਜਾਣ ਲੱਗਾ ਕਿ ਮੈਂ ਤੇ ਭਾਜੀ ਬੜੀ ਤਸੱਲੀ ਨਾਲ ਚੱਲਿਆ। ਕੋਈ ਕਹਿੰਦਾ? ਹਰ ਬੰਦੇ ਮਰਨ ਲੱਗੇ ਦੇ ਮੂੰਹ ਦੇ ਉੱਤੇ ਇੱਕੋ ਹੀ ਗੱਲ ਹੁੰਦੀ ਆ, ਮਾਇਆ ਮਨੋ ਨਾ ਵਿਸਰੈ, ਮੰਗੇ ਦਮ
ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਮਾਇਆ ਕਾਰਨ ਧਾਵ ਹੀ, ਮੈਨੂੰ ਇੱਕ ਬੰਦੇ ਨੇ ਨਕਸ਼ਾ ਗੁਰੂ ਸਿੱਖ ਨੇ ਕਿਹਾ, ਕਹਿੰਦਾ ਸਵੇਰ ਤੋਂ ਗੱਡੀ ਲੈ ਕੇ ਧਾਵ ਹੀ ਮਨੇ ਭੱਜ ਗਿਆ, ਕਿਧਰ ਮਾਇਆ ਕਾਰਨ ਧਾਵ ਹੀ, ਮੂਰਖ ਲੋਕ ਅਜਾਣ ਅਜਾਣੇ ਨੇ, ਕੱਚਾ ਧਨ ਇਕੱਠਾ ਕਰੀ ਜਾਂਦੇ, ਆਖੋ ਵਾਹਿਗੁਰੂ ਕੱਚਾ ਧਨ ਸੰਚੇ। ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਪੁੱਛਿਆ ਕੋਈ ਸੱਚਾ ਧਨ ਵੀ ਹੈ? ਕੱਚਾ ਧਨ ਤੇ ਸਾਡੀ ਮੱਤ ਵਿੱਚੋਂ ਇਕੱਠਾ ਹੁੰਦਾ, ਸਾਡੀ ਮੱਤ ਵਿੱਚੋਂ ਜਿੰਨੀ ਮੱਤ ਉੱਜਲ ਹੋਊਗੀ ਤੇਜ਼ ਹੋਊਗੀ ਤਕਰਾਰ, ਉਹਨੇ ਪੈਸੇ ਜ਼ਿਆਦਾ ਇਕੱਠੇ ਕਰ ਲੈਂਦਾ ਬੰਦਾ। ਮਗਰ ਸਤਿਗੁਰੂ ਗਰੀਬ ਨਵਾਜ ਸਾਡੀ ਮੱਤ ਨਾਲ ਹੀ ਸੱਚਾ ਧਨ ਵੀ ਇਕੱਠਾ ਕਰੀਦਾ? ਕਹਿੰਦੇ ਨਹੀਂ, ਸੱਚਾ ਧਨ ਗੁਰਮਤੀ ਪਾਏ। ਬੋਲੋ, ਵੇਖੋ ਜੇ ਅੰਦਰ ਸ਼ੋਰ ਪੈ ਰਿਹਾ ਫਿਰ ਤਾਂ ਨਹੀਂ ਪਤਾ ਲੱਗਣਾ। ਜੇ ਸੱਚਮੁੱਚ ਆਪਣੇ ਭਲੇ ਲਈ ਕੁਝ ਸੁਣਨਾ ਚਾਹੁੰਦੇ ਹੋ, ਕੱਚਾ ਧਨ ਮੇਰੀ ਬੁੱਧੀ ਨਾਲ ਇਕੱਠਾ ਹੁੰਦਾ, ਜਿੰਨਾ ਛਾਤਰ ਬੰਦਾ ਹੋਊਗਾ ਉਹਨਾਂ ਕੱਚਾ ਧਨ ਇਕੱਠਾ ਕਰ ਲਓ, ਆਖੋ ਵਾਹਿਗੁਰੂ। ਜਿੰਨੀ ਗੁਰੂ ਦੀ ਮੱਤ ਦਾ ਆਸ਼ਕ ਹੋਊਗਾ ਉਹਨੂੰ ਸੱਚਾ ਧਨ ਇਕੱਠਾ ਕਰ ਲਓ, ਕਿਉਂਕਿ ਸੱਚੇ ਗੁਰੂ ਦੀ ਗੱਲ ਸੁਣੂਗਾ ਇਕੱਠਾ ਕੀ ਕਰਨਾ ਹੈ? ਆ ਕਹਿਣ ਲੈ ਹਰ ਧਨ ਕੇ, ਇਹ ਗੁਰੂ ਦੀ ਮੱਤ ਕਹਿ ਰਹੀ। ਮੇਰੀ ਮੱਤ ਕਹਿੰਦੀ ਹੈ ਪੈਸੇ ਦਾ ਭੰਡਾਰ ਭਰ ਲਾ, ਗੁਰੂ ਦਾ ਕਹਿੰਦਾ ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ ਕਰਿਆ ਕਰ, ਮੱਥਾ ਟੇਕਿਆ ਕਰ ਤੇ ਇਕੱਠਾ ਕਰਿਆ ਕਰ, ਵਾਹਿਗੁਰੂ ਵਾਹਿਗੁਰੂ, ਖੁੱਲ ਕੇ ਬੋਲੋ, ਕਰੋ ਇਕੱਠਾ, ਦੋ ਚਾਰ ਪੰਜ ਪੈਸੇ ਹੀ ਸੀ, ਵਾਹਿਗੁਰੂ 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 ਵਾਹਿਗੁਰੂ। ਚਾਰ ਦਮੜੀਆਂ ਇਕੱਠੀਆਂ ਕਰੋ, ਵਾਹਿਗੁਰੂ 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 ਵਾਹਿਗੁਰੂ। ਇਹ ਅਕਾਊਂਟ ਚ ਪੈ ਰਿਹਾ ਜੀ ਸਿੱਧਾ ਹੀ, ਕੋਈ ਟੈਕਸ ਨਹੀਂ, ਕੋਈ ਰੁਕਾਵਟ ਨਹੀਂ, ਖੁੱਲ ਕੇ ਰੋਮ ਰੋਮ ਚੋਂ ਖਿੜ ਕੇ ਖਿੜ ਕੇ, ਵਾਹਿਗੁਰੂ 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 ਗੁਰੂ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੇ ਤੁਸੀਂ ਪੈਸੇ ਕਮਾਉਂਦੇ, ਮੈਨੂੰ ਕਿਸੇ ਨੇ ਦੱਸਿਆ ਤੁਹਾਡੇ ਦੇ ਕੈਨੇਡਾ ਦੇ ਬਾਰੇ ਵੀ, ਜੇ ਤੁਹਾਡੀ 3000 ਰੁਪਈਆ ਟੈਕਸ ਤਨਖਾਹ ਹੈ, ਉਹਨਾਂ ਜਦੋਂ ਚੈੱਕ ਦੇਣਾ ਉਹਦੇ ਵਿੱਚੋਂ ਟੈਕਸ ਕੱਟ ਦੇਣਾ ਤੇ ਕਾਫੀ ਮਾਤਰਾ 'ਚ ਕੱਟਿਆ ਜਾਂਦਾ,
ਮੇਰਾ ਗੁਰੂ ਕਹਿੰਦਾ ਜਿਹੜਾ ਮੈਂ ਤੈਨੂੰ ਆਖਿਆ ਨਾ ਪੈਸਾ ਇਕੱਠਾ ਕਰਨ ਨੂੰ, ਜਜੀਆ ਜਜੀਆ ਦਾਨ ਕੋ ਲੈਣਾ ਜਗਾਤ, ਤਿੰਨ ਸ਼ਬਦ ਆ ਜਜੀਆ ਜਿਹੜਾ ਆਪਾਂ ਕਹਿੰਦੇ ਪਾਕਿਸਤਾਨ ਦੇ ਵਿੱਚ ਲਾਉਂਦੇ ਜਜੀਆ ਟੈਕਸ, ਪਿੱਛੇ ਬਜ਼ੁਰਗਾਂ ਨੂੰ ਪਤਾ ਜਜੀਆ ਲੱਗਦਾ ਸੀ। ਡਨ ਕੋਈ ਜੁਰਮਾਨਾ ਨਹੀਂ ਪੈਂਦਾ ਇਹਨੂੰ, ਕਿਹਨੂੰ ਨਹੀਂ, ਨਾਮ ਦੇ ਧੰਮ ਨੂੰ ਆਖੋ ਵਾਹਿਗੁਰੂ। ਜਿਹਦੇ ਕੋਲੋਂ ਨਜਾਇਜ਼ ਫੜਿਆ ਜਾਵੇ ਤੇ ਉਹਨੂੰ ਆਖ ਨਹੀਂ ਦਿੰਦੇ ਤੈਨੂੰ ਇੰਨਾ ਪਲੰਟੀ ਲੱਗਦੀ, ਆਖੋ ਵਾਹਿਗੁਰੂ। ਇਸ ਨੂੰ ਕੋਈ ਡਨ ਨਹੀਂ, ਇਹਨੂੰ ਕੋਈ ਜਰੀਆ ਨਹੀਂ ਤੇ ਨਾ ਜਕਾਤ, ਮਸੂਲ ਚੁੰਗੀ ਵੀ ਨਹੀਂ ਲੱਗਦੀ ਇੱਥੇ, ਚੁੱਕੀ ਫਿਰੋ ਜਿੰਨਾ ਮਰਜ਼ੀ, ਹਰ ਤਨ ਕੇ ਭੰਡਾਰ ਭਰ ਕੇ ਲਾਦ ਖੇਪ ਸੰਤੇ ਸੰਗ ਚਾਲ, ਭਾਵੇਂ ਪੰਡਾ ਬਣ ਕੇ ਲੈ ਜਾ, ਕੋਈ ਡਨ ਨਹੀਂ। ਇਹ ਸਾਰਾ ਕੁਝ ਗੁਰਬਾਣੀ 'ਚ ਲਿਖਿਆ, ਨਾ ਡਨ ਲੱਗਦਾ ਹੈ, ਨਾ ਜਗਾਤ ਲੱਗਦਾ ਹੈ, ਨਾ ਜਜੀਆ ਲੱਗਦਾ। ਕਾਹਦੇ ਉੱਤੇ? ਵਾਹਿਗੁਰੂ ਵਾਹਿਗੁਰੂ, ਸਾਰੇ ਅਕਾਊਂਟ 'ਚ ਸਿੱਧੇ ਹੀ ਪੈਸੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਖੁੱਲ ਕੇ ਜੀ ਭਰ ਲਓ, ਭਰ ਲਓ, ਹਰ ਤਨ ਕੇ ਭਰ ਲਿਓ ਭੰਡਾਰ। ਤੱਤੀ ਤਵੀ ਤੇ ਬਹਿਣ ਵਾਲੇ ਸਤਿਗੁਰੂ ਕਹਿ ਰਹੇ, ਸਿਰ ਚ ਰੇਤ ਪਾਉਣ ਵਾਲੇ ਸਤਿਗੁਰੂ ਜੀ ਕਹਿ ਰਹੇ, ਭਾਈ ਕਹਿ ਲੋ, ਕਰ ਲੋ, ਕਰ ਲੋ, ਕਰ ਲੋ ਇਕੱਠਾ। ਵਾਹਿਗੁਰੂ 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 ਵਾਹਿਗੁਰੂ, ਗੁਰੂ ਵਾਹਿਗੁਰੂ 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 ਵਾਹਿਗੁਰੂ। ਧੁਨੀ ਵਾਲੀ ਜਗ੍ਹਾ ਤੇ ਗੁਰੂ ਸੰਗ ਨਾ ਚਾਲ ਤੇਰਾ ਜਿੰਦਾ ਰਾਮ ਤੇਰਾ ਪੁੱਤ, ਸੰਗ ਨਾ ਚਾਲਸ ਤੇਰੇ ਧਰਾਂ। ਕਦੀ ਆਪਣੇ ਆਪ ਨੂੰ ਕਹਿ ਦੇ ਕਿ ਵੈਸੇ ਲੋਕਾਂ ਨੂੰ ਸੁਣਾਉਂਦੇ, ਇੱਕ ਹੁੰਦਾ ਫਲੋ ਬਾਹਰ ਨੂੰ ਜਾਣਾ, ਇੱਕ ਹੁੰਦਾ ਬਾਣੀ ਪ੍ਰਭ ਕੀ ਸਭ ਕੁ ਬੋਲੇ, ਮੈਨੂੰ ਵੀ ਉਪਦੇਸ਼ ਦੇ ਰਹੀ। ਮੈਂ ਕਦੀ ਨਹੀਂ ਸੁਣਦਾ ਮੈਂ ਲੋਕਾਂ ਨੂੰ, ਉਪਦੇਸ਼ ਕਰੇ ਕਰ ਲੋਕ ਸੁਣਾਵੇ, ਉਪਦੇਸ਼ ਕਰੇ ਜਿਹਨੂੰ ਮੈਂ ਦੇ ਰਿਹਾ, ਮੈਂ ਆਪਣੇ ਆਪ ਨੂੰ ਨਹੀਂ ਸੁਣਾ ਰਿਹਾ। ਇਸ ਤਰ੍ਹਾਂ ਜਦੋਂ ਤੁਸੀਂ ਸ਼੍ਰੀ ਸੁਖਮਨੀ ਸਾਹਿਬ ਪੜ੍ਹਦੇ ਹੋ ਆਪਣੇ ਆਪ ਨੂੰ ਥੋੜ੍ਹਾ ਕਹਿ ਰਹੇ ਹੋ, ਆਖੋ ਵਾਹਿਗੁਰੂ। ਉੱਥੇ ਲਿਖਿਆ ਮੇਰੇ ਸਤਿਗੁਰੂ ਨੇ ਸੁਖਮਨੀ ਸਾਹਿਬ 'ਚ ਲਿਖਿਆ, ਆਪ ਉਪਦੇਸ਼ੈ ਨਹੀਂ ਨਹੀਂ ਸ਼ਾਬਾਸ਼, ਆਪ ਉਪਦੇਸ਼ੈ ਤੇ ਸਮਝੇ ਆਪ, ਬੋਲੋ ਭਲਾ
ਆਪ ਹੀ ਉਪਦੇਸ਼ ਪੜ੍ਹੇ ਤੇ ਆਪਣੇ ਆਪ ਨੂੰ ਸਮਝਾਵੇ ਬੰਦਾ। ਇਹ ਤਰ੍ਹਾਂ ਨਹੀਂ ਹੁੰਦਾ। ਜਦੋਂ ਤੁਸੀਂ ਸੁਰਖਮੀ ਸਾਹਿਬ ਪੜ੍ਹਦੇ ਹੋ, ਪੜ੍ਹ ਕੇ ਪਤਾ ਲੱਗ ਗਿਆ ਇੱਕ ਪਾਠ ਹੋ ਗਿਆ। ਜਦੋਂ ਤੁਸੀਂ ਕਦੀ ਆਪਣੇ ਆਪ ਨੂੰ ਇਹ ਵਚਨ ਕਹੋਗੇ ਵੀ ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇਂ, ਇੰਨਾ ਕਦੀ ਅੰਦਰ ਜਾ ਕੇ ਘਰੋੜ ਕੇ ਆਖਿਆ ਗਿਆ? ਤੂੰ ਕਿਆ ਲਪਟਾਵੇਂ ਮੂਰਖ ਮਨਾ, ਇਹਦੇ ਨਾਲ ਨਹੀਂ ਜਾਣਾ, ਕੀ ਇਹਦੇ ਨਾਲ ਜੱਫੀਆਂ ਪਾ ਬੈਠਾ ਹੈ। ਸੁੱਤ ਮੀਤ ਕੁਟੰਬ ਅਰਬਨਤਾ ਪੜ੍ਹਦੇ ਹੋ ਜੀ ਗੁਰੂ ਕੇ ਸਿੱਖੋ? ਇੱਕ ਵਾਰ ਮੇਰੇ ਵੱਲ ਧਿਆਨ ਦੇ ਕੇ, ਬੀਬੀਆਂ ਬੱਚੀਆਂ ਬਹੁਤਾ ਪੜ੍ਹਦੀਆਂ ਸੁਖਮਨੀ ਸਾਹਿਬ, ਆਖੋ ਵਾਹਿਗੁਰੂ ਕਦੀ ਇਤਨਾ ਪੜ੍ਹਿਆ? ਸੁੱਤ ਮੀਤ ਕੁਟੰਬ ਅਰਬਨਤਾ, ਤੇਰਾ ਪਰਿਵਾਰ, ਤੇਰਾ ਪੁੱਤਰ, ਤੇਰੇ ਮਿੱਤਰ, ਤੇਰਾ ਸਾਰਾ ਕੁਝ, ਇੰਤੇ ਕਹੋ। ਇਤਨਾ ਨਹੀਂ ਪੜ੍ਹਿਆ ਕਦੀ? ਇੰਤੇ ਦੱਸ, ਆਪਣੇ ਆਪ ਨੂੰ ਕਹੋ, ਇੰਤੇ ਕਹੋ ਤੁਮ ਕਵਨ ਸਨਾਥਾ, ਸਨਾਥਾ ਮੈਨੇ ਸੰਗੀ, ਸੁੱਤ ਮੀਤ, ਪਤਾ ਲੱਗ ਰਿਹਾ? ਸੁੱਤ ਮੀਤ ਕੁਟੰਬ ਅਰ ਬਨਤਾ, ਬਨਤਾ ਮੈਨੇ ਇਸਤਰੀ, ਕੁਟੰਬ ਮੈਨੇ ਪਰਿਵਾਰ, ਸੁੱਤ ਮੈਨੇ ਪੁੱਤਰ, ਮੀਤ ਮੈਨੇ ਮਿੱਤਰ, ਸਾਰਿਆਂ ਨੂੰ ਖਿਲਾਰ ਹਾਂ ਇੱਕ ਦਿਨ ਸਾਹਮਣੇ। ਤੇ ਮੇਰਾ ਗੁਰੂ ਅਰਜਨ ਦੇਵ ਸਾਹਿਬ ਤੈਨੂੰ ਪੁੱਛਦਾ ਹੀ, ਦੱਸ ਇਹਨਾਂ ਦੇ ਵਿੱਚੋਂ ਤੇਰਾ ਨਹੀਂ ਮਿੱਤਰ ਕੌਣ ਆ? ਤੁਮ ਕਮਨ ਸਨਾਥਾ, ਤੇਰਾ ਸੰਗੀ ਕੌਣ ਆ? ਅਸ ਹਸਤੀ, ਅਸ ਮਨੇ ਘੋੜੇ, ਹਸਤੀ ਮਨੇ ਹਾਥੀ, ਅਸ ਹਸਤੀ ਸਾਰਾ ਕੁਝ, ਡੰਫ ਪਸਾਰ ਸਾਰਾ ਕੁਝ ਝੂਠਾ ਹੈ, ਰਥ ਅਸਵਾਰੀ ਝੂਠਾ, ਡੰਫ ਝੂਠ ਪਸਾਰੀ। ਮਹਾਰਾਜ ਮੈਂ ਤਾਂ ਗੁਰਦੁਆਰੇ ਆਣ ਆਣ ਕੇ ਮੰਗੀਆਂ ਗੱਡੀਆਂ, ਝੂਠੀਆਂ ਕਿਤਨਾ ਹੋ ਗਈਆਂ, ਦਿੱਤੀਆਂ ਤੂੰਨੇ ਝੂਠੀਆਂ ਕਿਤਨਾ ਹੋ ਗਈਆਂ, ਮੋੜ ਬੜਾ ਕੱਟਿਆ ਜੇ, ਸ਼ਬਦ ਦੀ ਚਾਲ ਨੇ ਮੋੜ ਕੱਟਿਆ ਜੇ। ਵੀ ਜਦੋਂ ਮੈਂ ਅਰਦਾਸਾਂ ਇੱਥੇ ਕੀਤੀਆਂ ਵੀ ਮਹਾਰਾਜ ਮੈਨੂੰ ਗੱਡੀ ਦਿਓ, ਦਿੱਤੀ ਤੂੰ ਸੱਚੇ ਨੇ ਦਿੱਤੀ, ਝੂਠ ਕਿਤਨਾ ਹੋ ਗਈ? ਕੁਛ ਜਵਾਬ ਹੈ ਤੁਹਾਡੇ ਕੋਲ? ਮਾਰ ਪਛ ਕਹਿੰਦੇ ਜਿਨ ਦੀਏ ਤਿਸ ਬੁੱਝੇ ਨਾ ਬਗਾਨਾ, ਜਦੋਂ ਦਾ ਗੱਡੀ ਲੈ ਗਿਆ ਤੂੰ ਕਦੀ ਆਖਿਆ ਗੱਡੀ ਮਹਾਰਾਜ ਨੇ ਦਿੱਤੀ? ਉਹ ਫਿਰ ਜੀ ਮੈਂ ਇਤਰਾਂ ਕੀਤਾ ਤੇ ਗੱਡੀ ਲੈ ਲਈ, ਕਦੀ ਤੇਰੇ ਮੂੰਹ ਦੇ ਵਿੱਚੋਂ ਨਿਕਲਿਆ ਗੱਡੀ ਮੈਨੂੰ ਰੱਬ ਨੇ ਦਿੱਤੀ? ਤਾਂ ਝੂਠ ਹੋ ਗਿਆ। ਜਿਨ ਦੀਏ ਬੇਗਾਨਾ ਹੋ ਗਿਓ, ਉਹਦੇ ਤੋਂ ਵੱਖਰਾ ਹੋ ਗਿਓ, ਤੇ ਫਿਰ ਨਾਮ ਬਸਾਰ ਨਾਨਕ ਪਛਤਾਨਾ, ਨਾਮ ਨੂੰ ਭੁੱਲ ਕੇ ਪਛਤਾਵੇ ਤੋਂ ਬਿਨਾਂ ਜੀਵ ਦੇ ਹੱਥ ਚ ਕੁਛ ਨਹੀਂ ਆਉਂਦਾ। ਇਸ ਕਰਕੇ ਮੈਂ ਤੁਹਾਨੂੰ ਫਿਰ ਆਪਣੀਆਂ ਧੀਆਂ ਨੂੰ, ਵੀਰਾਂ ਨੂੰ, ਗੁਰਸਿੱਖਾਂ ਨੂੰ ਕਹਿੰਦਾ, ਜਿੰਨੇ ਸਵਾਸ ਲੱਗਦੇ ਨੇ ਇਸ ਪਾਸੇ ਲਾਓ, ਵਾਹਿਗੁਰੂ ਵਾਹਿਗੁਰੂ, ਇਹ ਸੱਚਾ ਤਾਨਾ ਇਕੱਠਾ ਕਰੋ, ਵਾਹਿਗੁਰੂ 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 ਵਾਹਿਗੁਰੂ। ਚਾਲ ਬੰਨੋ, ਚਾਲ ਬੰਨੋ ਅੱਗੇ ਵਾਲੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ, ਅਮੀਰ ਹੋ ਜਾਓਗੇ, ਅਮੀਰ ਹੋ ਜਾਓਗੇ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਸੁਖਮਨੀ ਸਾਹਿਬ ਵਿੱਚ ਇਹ ਵੀ ਬਚਨ ਪੜਿਆ ਆਪ ਜੀ ਨੇ, ਇਹ ਧਨ ਸੰਚੋ, ਸੰਚੋ ਮੀਨ ਇਕੱਠਾ ਕਰੋ, ਜਿਹੜਾ ਨਾਮ ਦਾ ਧਨ ਆ ਹਰ ਧਨ ਕੇ, ਇਹ ਧਨ ਇਕੱਠਾ ਕਰੋ। ਤੇ ਕਮਾਲ ਦੀ ਗੱਲ ਆ, ਪੈਸਾ ਇਕੱਠਾ ਕਰਨ ਵਾਲੇ ਨੂੰ ਧਨਵੰਤ ਕਹਿੰਦੇ, ਧਨਵੰਤ ਧਨ ਵਾਲਾ। ਪਤਾ ਲੱਗ ਰਿਹਾ ਜੀ ਕੀ ਕਹਿੰਦੇ ਨੇ, ਜਦੋਂ ਕੋਲ ਚਾਰ ਪੈਸੇ ਹੋਣ ਇਹ ਬੜਾ ਧਨਵੰਤ ਬੰਦਾ ਹੈ। ਇੱਥੇ ਮੇਰੇ ਗੁਰੂ ਅਰਜਨ ਦੇਵ ਸਾਹਿਬ ਨੇ ਨਾਮ ਦਾ ਧਨ ਇਕੱਠਾ ਕਰਨ ਵਾਲੇ ਨੂੰ ਧਨਵੰਤ ਨਹੀਂ ਕਿਹਾ, ਭਗਵੰਤ ਕਿਹਾ। ਪਕੜ ਰਹੇ ਹੋ ਜੀ, ਕੀ ਕਿਹਾ? ਭਗਵੰਤ ਮੀਨਜ ਨਾ 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 ਭਾਗਾਂ ਵਾਲਾ। ਕਿਸੇ ਪੈਸੇ ਵਾਲੇ ਦੇ ਨਾਲ ਗੁਰੂ ਨੇ ਇਹ ਨਹੀਂ ਲਿਖਿਆ ਵੀ ਇਹ ਬੜਾ ਭਾਗਾਂ ਵਾਲਾ, ਕਿ ਉਹਦੇ ਕੋਲ ਬੜੇ ਪੈਸੇ ਆ, ਇਹ ਨਹੀਂ ਕਿਹਾ। ਜਿਹਦੇ ਕੋਲ ਨਾਮ ਦਾ ਧਨ ਆ ਉਹਨੂੰ ਕੀ ਕਿਹਾ? ਇਹ ਧਨ ਸੰਚੋ ਹੋਵੋ। ਕਿਹੜਾ ਧਨ ਆ ਜੀ? ਸੰਤ ਜਨਾ ਕਾ ਨਿਰਮਲ ਮੰਤ। ਗੁਰੂ ਸਾਹਿਬ ਦਾ ਪੰਜ ਪਿਆਰਿਆਂ ਦਾ ਨਿਰਮਲ ਮੰਤਰ ਜਿਹੜਾ ਵਾਹਿਗੁਰੂ ਆ, ਇਹ ਇਕੱਠਾ ਕਰੋਗੇ ਤੇ ਕੀ ਹੋ ਜਾਓਗੇ? ਭਾਗਾਂ ਵਾਲੇ ਬਣ ਜਾਓਗੇ। ਧਨਵਾਨ ਲੋਕਾਂ ਨੂੰ ਮੈਂ ਦਿੱਲੀ ਵਿੱਚ ਜਾਣਦਾ, 20-25 ਸਾਲ ਜ਼ਿੰਦਗੀ ਦੇ ਕੱਢੇ ਨੇ। ਆਖੋ ਵਾਹਿਗੁਰੂ। ਤੁਹਾਡੇ ਵਿੱਚੋਂ ਪਤਾ ਨਹੀਂ ਕੋਈ ਬਜ਼ੁਰਗ ਜਾਣਦਾ ਹੋਵੇ, ਇੱਕ ਨਾਮ ਹੁੰਦਾ ਸੀ ਸਰਦਾਰ ਰੌਣਕ ਸਿੰਘ, ਸਾਰੀ ਦਿੱਲੀ ਦੇ ਵਿੱਚ ਸਭ ਤੋਂ ਅਮੀਰ ਬੰਦਾ ਸੀ। ਮੈਂ ਬੰਗਲਾ ਸਾਹਿਬ ਕਥਾ ਕਰਕੇ ਉੱਠਿਆ, ਮੈਨੂੰ ਕਹਿੰਦੇ ਵੀ ਉਹਨਾਂ ਦੇ ਘਰ ਜਾਣਾ ਹੈ ਅੱਜ ਨਾਸ਼ਤਾ ਕਰਨ। ਗਏ, 8 ਵੱਜ ਗਏ ਸੀ, ਨਾ 8:30 ਵਜੇ ਕਥਾ ਖਤਮ ਹੋਈ, 9:30 ਹੋ ਗਏ। ਸਭ ਦਰਵਾਜ਼ੇ ਬੰਦ ਸੀ, ਨਾ ਔਰਤ ਉੱਠੀ ਨਾ ਬੱਚੇ ਉੱਠੇ। ਜਿਨ੍ਹਾਂ ਦੇ ਘਰ ਕੋਈ ਸੁੱਤਾ ਹੀ 9 ਵਜੇ ਉੱਠਦਾ ਹੈ, ਕੀ ਉਹਨੂੰ ਤੁਸੀਂ ਧਨਵੰਤ ਕਹੋਗੇ? ਸਭ ਤੋਂ ਵੱਡਾ ਉਹ ਕੰਗਲਾ ਹੈ, ਸਭ ਤੋਂ ਵੱਡਾ ਉਹ ਗਰੀਬ ਹੈ ਜਿਹਦੇ ਹਿਰਦੇ 'ਚ ਨਾਮ ਨਹੀਂ। ਰੱਬ ਦੀ ਨਜ਼ਰ 'ਚ ਮੈਂ ਸਰਟੀਫਿਕੇਟ ਦੇਣਾ ਹੋਵੇ ਤਾਂ ਮੈਂ ਜ਼ਰੂਰ ਕਹੂੰਗਾ ਮੈਨੂੰ 500 ਦਾ ਲਿਫਾਫਾ ਮਿਲ ਜਾਵੇ, ਬੱਲੇ 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 ਉਹ ਫਲਾਣਾ ਬੜਾ ਅਮੀਰ ਹੈ ਜੀ। ਮੇਰਾ ਗੁਰੂ ਕਹਿੰਦਾ ਨਹੀਂ, ਜਿਨ ਕੇ ਪੱਲੇ ਧਨ ਵਸੇ। ਨਹੀਂ ਹੁੰਦੀ ਜਿਨ ਕੇ ਪੱਲੇ, ਜਿਨ੍ਹਾਂ ਦੇ ਪੱਲੇ ਕੀ ਹੈ? ਪੈਸਾ ਹੈ। ਤਿਨਕਾ ਨਾ ਉਹ ਫਕੀਰ, ਮੰਗਤੇ ਨੇ ਸਭ ਤੋਂ ਵੱਡੇ ਜਿਨ੍ਹਾਂ ਕੋਲ ਕੇਵਲ ਪੈਸਾ ਹੈ। ਆਖਿਆ ਜੀ ਅਮੀਰ ਕੌਣ ਹੈ? ਜਿਨ ਕੇ ਹਿਰਦੇ ਤੂੰ ਵਸੇ। ਅਮੀਰ ਨੇ ਜਿਨ੍ਹਾਂ ਦੇ ਹਿਰਦੇ 'ਚ ਤੇਰੇ ਨਾਮ ਦਾ ਪ੍ਰਵਾਹ ਚੱਲ ਪਿਆ। ਜਿਨ ਕੇ ਹਿਰਦੇ ਤੂੰ ਵਸੇ ਤੇ ਨਾਲ ਗੁਣੀ ਗਹੀਰ। ਉਹ ਗੁਣਾਂ ਦੇ ਮਾਲਕ ਬਣ ਜਾਂਦੇ, ਮਾਲਕ ਬਣ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਵਸਾ ਲਓ ਜੀ, ਵਸਾ ਲਓ। ਮੇਰੀਆਂ ਧੀਆਂ ਵੀਰ ਅਮੀਰ ਬਣੋ, ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ। ਗੁਰੂ ਵਾਹਿਗੁਰੂ 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 ਵਾਹਿਗੁਰੂ। ਹਾਂ ਹਾਂ ਜਿਹੜਾ ਆਪਾਂ ਸਲੋਕ ਪੜਿਆ, ਮੈਂ ਕੁਝ ਦੱਸ ਗਿਆ ਸਾਂ ਪਰਸੋਂ। ਪੁੱਤ ਧਿਆਨ ਦਿਓ, ਸਰਗੁਣ ਨਿਰਗੁਣ ਨਿਰੰਕਾਰ ਬੋਲੋ। ਹਾਂ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ। ਆਪ ਹੀ ਉਹ ਸਰਗੁਣ ਹੈ, ਆਪ ਹੀ ਉਹ ਨਿਰਗੁਣ ਹੈ, ਆਪ ਹੀ ਉਹ ਸੁਣ ਹੈ, ਆਪ ਹੀ ਉਹ ਵਾਹਿਗੁਰੂ ਸਮਾਧੀ ਵਾਸਾ ਹੈ, ਦੂਸਰਾ ਕੋਈ ਨਹੀਂ। ਆਪਣ ਕੀ ਆ ਨਾਨਕਾ, ਆਪੇ
ਆਪੇ ਹੀ ਫਿਰ ਸਾਰਾ ਖੇਲ ਖੇਡਦਾ ਹੈ। ਬੋਲਣਾ ਦੀ ਕੋਈ ਸ਼ਬਦ ਨਹੀਂ ਸੀ, ਆਪ ਹੀ ਸ਼ਬਦ ਤੇ ਇੱਕ ਮੂੰਹ ਚੋਂ ਕੱਢਣਾ ਸੀ ਜੇ ਤਿਆਰੀ ਹੈ ਤੇ ਆਖੋ ਵਾਹਿਗੁਰੂ ਵਾਹਿਗੁਰੂ। ਵੈਸੇ ਮੈਨੂੰ ਜਿਹੜਾ ਪੜਾਉਂਦਾ ਸੀ ਉਹ ਇਹ ਗੱਲ ਕਹਿੰਦਾ ਸੀ, ਪੁੱਤ ਜਿੱਦਣ ਆਪ ਦੀ ਕਥਾ ਕਰਨੀ ਹੋਵੇ ਨਾ ਜਿੰਨਾ ਚਿਰ ਆਪ ਹੀ ਨਾ ਹੋ ਜਾਈਏ ਆਪ ਦੀ ਕਥਾ ਨਹੀਂ ਕਰੀਦੀ। ਕੋਈ ਪਤਾ ਲੱਗਾ ਉਸ ਅਵਸਥਾ ਤੇ ਜੇ ਨਾ ਗਏ ਹੋਈਏ ਤੇ ਥੱਲੇ ਬਹਿ ਕੇ ਉੱਤੇ ਦੀਆਂ ਗੱਲਾਂ ਨਹੀਂ ਕਰੀਦੀਆਂ। ਮੈਂ ਕੱਲ ਵੀ ਵੇਖਿਆ ਕਟਾਕਸ਼ ਕਰ ਗਿਆ ਸਾਂ ਵੀ ਇਹਦੀ ਮੈਂ ਵਿਆਖਿਆ ਨਹੀਂ ਸੀ ਕੀਤੀ। ਆਖੋ ਵਾਹਿਗੁਰੂ ਅੱਜ ਵੀ ਕੋਈ ਮੇਰੀ ਤਿਆਰੀ ਨਹੀਂ, ਮਗਰ ਮੇਰਾ ਫਰਜ਼ ਇਹ ਗੱਲ ਕਹਿੰਦਾ ਹੈ ਵੀ ਜਿਸ ਹਿਸਾਬ ਨਾਲ ਪਿੱਛੋਂ ਕਥਾ ਕਰਦੇ ਆਏ ਹਾਂ ਅੱਜ ਉਸ ਪਦੇ ਦੀ ਕਥਾ ਕਰਾਂ। ਮਗਰ ਕੋਈ ਤੁਹਾਡੇ ਵਰਗਾ, ਕੋਈ ਗੁਰਮੁਖ ਰੂਹ, ਅਮਰਜੀਤ ਸਿੰਘ, ਉਹ ਭੈਣਾਂ ਬੱਚਿਆਂ 'ਚੋਂ ਇਹ ਗੱਲ ਨੂੰ ਕੋਈ ਫੜ ਲੈ ਵੀ ਜਦੋਂ ਸਭ ਕੁਛ ਹੈ ਹੀ ਉਹ ਆਪ ਹੀ ਆ ਵਾਹਿਗੁਰੂ, ਸਰਗੁਣ ਵੀ ਆਪ ਆ, ਨਿਰਗੁਣ ਵੀ ਆਪ ਆ, ਨਿਰੰਕਾਰ ਵੀ ਆਪ ਆ, ਸੁੰਨ ਵੀ ਆਪ ਆ, ਸਮਾਧ ਵੀ ਆਪ ਆ, ਧਿਆਨ ਦਿਓ ਸਮਾਧ ਵੀ ਆਪ ਆ। ਅਤੇ ਹੁਣ ਅਸ਼ਟਪਦੀ ਦੇ ਵਿੱਚ ਕਹਿੰਦੇ ਜਬ ਅਕਾਰੇ ਕਛ ਨਾ ਦ੍ਰਿਸ਼ਟਤਾ, ਉਹ ਜਿਹੜਾ ਸੁੰਨ ਸਮਾਧ ਨਿਰੰਕਾਰ ਵਾਹਿਗੁਰੂ ਆ ਉਹਦਾ ਤਾਂ ਕੋਈ ਆਕਾਰ ਦਿਸਦਾ ਨਹੀਂ। ਅਤੇ ਇੱਥੇ ਲੋਕਾਂ ਰੌਲਾ ਪਾਇਆ ਵੀ ਪੁੰਨ ਅਤੇ ਪਾਪ, ਇਹਨੂੰ ਪੁੰਨ ਲੱਗ ਗਿਆ ਅਤੇ ਇਹਨੂੰ ਪਾਪ ਲੱਗ ਗਿਆ। ਸਮਝਣ ਦੀ ਕਹਾਣੀ ਬਹੁਤ ਬਰੀਕ ਆ, ਸੱਚਮੁੱਚ ਇਸ ਸ਼ਬਦ ਦੀ ਕਥਾ ਦੱਸ ਕਰਦਾ ਨਹੀਂ ਪਰ ਹੁਣ ਲੜੀਵਾਰ 'ਚ ਆ ਗਿਆ। ਮੈਨੂੰ ਪਤਾ ਹੈ ਨਾ ਮੇਰੇ ਕੋਲੋਂ ਕਿਹਾ ਜਾਣਾ ਨਾ ਤੁਹਾਡੇ ਕੋਲੋਂ ਸਮਝਿਆ ਜਾਣਾ। ਏਵਡ ਉੱਚਾ ਹੋਵੇ ਕੋਈ, ਓਡੀ ਉੱਚੀ ਸੁੱਚੀ ਸੁਰਤ ਦੇ ਮਾਲਕ ਕੋਈ ਜੀਆਂ ਹੋਣ ਅਤੇ ਇਹ ਜਿਹੜੀ ਇੱਕਵੀਂ ਅਸ਼ਟਪਦੀ ਦੀ ਕਥਾ ਹੈ ਤੁਹਾਨੂੰ ਰੱਬ ਬਣਾ ਸਕਦੀ ਜੇ ਤੁਹਾਨੂੰ ਇਹਦੀ ਸਮਝ ਲੱਗ ਜਾਏ। ਤਾਂ ਜਬ ਆਕਾਰ ਏ ਕੱਛ ਨਾ ਦ੍ਰਿਸ਼ਟਤਾ, ਜਿਹੜਾ ਆਪ ਹੈ, ਸੁੰਨ ਹੈ, ਸਮਾਧ ਹੈ, ਕਿਸੇ ਦਿਸਦਾ ਹੈ? ਦਿਸਦਾ ਹੈ? ਹੈ ਉਹ ਹੀ, ਸੁੰਨ ਵੀ ਹੋਗਾ, ਸਮਾਧ ਵੀ ਹੋਗਾ, ਸਭ ਕੁਝ ਆਪ ਹੈ। ਅਤੇ ਫਿਰ ਇਹ ਰੌਲਾ ਕਾਹਦਾ ਹੈ ਵੀ ਪਾਪ ਇਹਨੂੰ ਲੱਗ ਗਿਆ ਅਤੇ ਪੁੰਨ ਇਹਨੂੰ ਲੱਗ ਗਿਆ? ਨਹੀਂ ਪਤਾ ਲੱਗਾ ਜੀ ਪਾਪ ਕਿਹਨੂੰ ਆਪਾਂ ਕਹਿੰਦੇ ਨਹੀਂ ਇਹਨੂੰ ਬੰਦੇ ਨੂੰ ਪਾਪ ਲੱਗ ਗਿਆ, ਇਹ ਬੰਦੇ ਨੇ ਬੜੇ ਪੁੰਨ ਕੀਤੇ। ਕਹਿੰਦੇ ਜਦੋਂ ਉਹਦੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਪਤਾ ਲੱਗਾ ਜਬ ਆਕਾਰ ਏ ਕਛ ਨਾ ਦ੍ਰਿਸ਼ਟਤਾ, ਜਦੋਂ ਉਹ ਜਿਹੜਾ ਵਾਹਿਗੁਰੂ ਪਰਮੇਸ਼ੁਰ ਆ ਹੈ ਉਹ ਆਪ, ਉਹਦਾ ਕੋਈ ਆਕਾਰ ਨਹੀਂ। ਪਾਪ ਪੁੰਨ ਤਬ ਕਹਿ ਤੇ ਹੋਤਾ, ਕਿਹਨੂੰ ਲੱਗਦਾ ਹੈ? ਉਹਦੇ ਤੋਂ ਬਿਨਾਂ ਜਦੋਂ ਦੂਸਰਾ ਹੈ ਹੀ ਨਹੀਂ ਕੋਈ ਨਹੀਂ, ਤੇ ਰੌਲਾ ਕਾਹਦਾ ਇਹਨੂੰ ਪੁੰਨ ਲੱਗ ਗਿਆ, ਇਹਨੂੰ ਪਾਪ ਲੱਗ ਗਿਆ? ਬੜੇ ਗਹਿਰੇ ਸ਼ਬਦ ਆ। ਜਬ ਧਾਰੀ ਆਪਣ ਸੁੰਨ ਸਮਾਧ, ਜਦੋਂ ਆਪ ਹੀ ਉਹ ਸੁੰਨ ਸਮਾਧ ਧਾਰਨ ਕਰਕੇ ਬੈਠਾ ਹੈ ਤੇ ਤਬ ਵੈਰ ਵਿਰੋਧ ਕਿਸ ਸੰਗ ਕਮਾਤ, ਫਿਰ ਵੈਰ ਕਿਹਦੇ ਨਾਲ, ਵਿਰੋਧ ਕਿਹਦੇ ਨਾਲ, ਕਿਹਦੇ ਨਾਲ ਸੁਆਉਂਦਿਆਂ? ਕਿਰਪਾ ਕਰਕੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਵੀ ਕਿਹਦੇ ਨਾਲ ਕਮਾਉਂਦਾ ਹੈ? ਜਬ ਇਸ ਕਾ ਵਰਨ ਚੇਹਨ ਨਾ ਜਾਪਤ, ਉਸ ਵਾਹਿਗੁਰੂ ਦਾ ਕੋਈ ਵਰਨ ਨਹੀਂ, ਚੇਹਨ ਨਹੀਂ, ਕੁਛ ਨਹੀਂ ਉਹਦਾ ਹੈਗਾ, ਆਪ ਹੀ ਆਪ ਆ ਉਹ ਵਾਹਿਗੁਰੂ ਪਰਮੇਸ਼ੁਰ। ਅਤੇ ਫਿਰ ਤਬ ਹਰਖ ਸੋਗ ਕਹੋ ਕਿਸੇ ਵਿਆਪਤ, ਕਿਸੇ ਨੂੰ ਖੁਸ਼ੀ ਕਿਹਨੂੰ ਹੁੰਦੀ ਆ, ਗਮੀ ਕਿਹਨੂੰ ਹੁੰਦੀ ਆ? ਆਖ ਦਿੰਦੇ ਇਹਦੇ ਘਰ ਅੱਜ ਖੁਸ਼ੀ, ਇਹਦੇ ਘਰ ਅੱਜ ਗਮੀ, ਕਹਿੰਦੇ ਨੇ ਲੋਕੀ ਗੱਲਾਂ ਕਰਦੇ ਕਿ ਨਹੀਂ? ਬੋਲੋ ਨਾ ਇੱਕ ਵਾਰ, ਬੋਲ ਤਾਂ ਪੁੱਛੀ ਬੋਲੋ। ਆਖ ਨਹੀਂ ਦਿੰਦੇ ਇਹਦੇ ਘਰ ਅੱਜ ਕੀ ਹੈ, ਇਹਦੇ ਘਰ ਗਮੀ? ਉਹ ਕਹਿੰਦੇ ਜਦੋਂ ਉਹਦੇ ਤੋਂ ਬਿਨਾਂ ਦੂਸਰਾ ਹਰ ਘਰ ਚ ਉਹ ਆਪ ਹੀ ਬੈਠਾ ਹੈ ਤੇ ਆਪ ਦਾ ਉਹਦਾ ਕੋਈ ਹਰਖ ਨਹੀਂ, ਵਰਨ ਨਹੀਂ, ਚੇਨ ਨਹੀਂ। ਤਬ ਹਰਖ ਸੋਗ ਕਹੋ ਕਿਸੇ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮ, ਜਦੋਂ ਹੈ ਪਾਰ ਬ੍ਰਹਮ ਆਪ ਆ ਤੇ ਕਹਿੰਦੇ ਇਹਨੂੰ ਮੋਹ ਬੜਾ ਹੈ ਜੀ, ਇਹਨੂੰ ਭਰਮ ਬੜਾ ਹੈ ਜੀ, ਕਹਿੰਦਾ ਕਿਹਨੂੰ ਹੋ ਗਿਆ? ਤਬ ਮੋਹ ਕਹਾਂ
ਕਿਸ ਹੋਵਤ ਭਰਮ ਕਿਨੂੰ ਮੋਹ ਹੋ ਗਿਆ ਹੈ ਤੇ ਉਹ ਆਪ ਹੀ ਹੈ। ਇੰਨਾ ਕੁ ਬੋਲਦੇ ਹੋ ਮੈਨੂੰ ਪਤਾ ਲੱਗੂ ਵੀ ਤੁਹਾਡੀ ਪਕੜ ਚ ਹੱਥ ਲੱਗ ਗਿਆ, ਆ ਗਿਆ ਸ਼ਬਦ, ਜਦੋਂ ਉਹਦੇ ਤੋਂ ਬਿਨਾਂ ਦੂਸਰਾ ਕੋਈ ਤੇ ਤੁਸੀਂ ਗੱਲਾਂ ਕਰਦੇ ਇਹ ਬੰਦੇ ਨੂੰ ਬੜਾ ਮੋਹ ਆ, ਆਹ ਬੰਦਾ ਬੜਾ ਭਰਮ ਚ ਪਿਆ ਹੈ। ਕਹਿੰਦਾ ਜਦੋਂ ਉਹਦੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ, ਇਹ ਬ੍ਰਹਮ ਗਿਆਨ ਦੇ ਬੋਲ ਆ, ਆਖੋ ਵਾਹਿਗੁਰੂ। ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ, ਆਪਣਾ ਖੇਲ ਕਰਕੇ ਉਹ ਆਪ ਹੀ ਵਰਤ ਰਿਹਾ ਸਾਰਿਆਂ ਚ। ਨਾਨਕ ਕਰਨੇ ਹਾਰ ਨਾ ਦੂਜਾ, ਦੂਸਰਾ ਕੋਈ ਨਹੀਂ ਹੈਗਾ। ਮੈਨੂੰ ਪਤਾ ਹੈ ਗੁਰੂ ਕੇ ਸਿੱਖੋ, ਜਿੱਥੋਂ ਦੀ ਪੜ੍ਹਾਈ ਇੱਕ ਬੰਦਾ, ਮੈਂ ਪਹਿਲੀ ਚ ਪੜ੍ਹਦਾ ਤੇ ਮੈਨੂੰ ਕੋਈ ਲੈਕਚਰ ਸੁਣਾਉਣ ਲੱਗ ਪਏ ਐਮ ਏ ਦਾ, ਤੇ ਮੈਨੂੰ ਸੁਸਤੀ ਵੀ ਪੈਣੀ ਹੈ, ਮੈਨੂੰ ਨੀਂਦ ਵੀ ਪਾਉਣੀ, ਕਿਉਂ ਮੇਰੇ ਹਾਣ ਦੀਆਂ ਗੱਲਾਂ ਨਹੀਂ ਹੋ ਰਹੀਆਂ। ਮੈਂ ਪਹਿਲਾਂ ਤੁਹਾਡੇ ਕੋਲ ਮਾਫ਼ੀ ਮੰਗਦਾ ਵੀ ਇਹ ਨਹੀਂ ਮੈਂ ਉਸ ਹਾਣ ਦਾ ਵਾਂ, ਪਰ ਮੈਂ ਲੜੀ ਵਾਰ ਚੱਲਦੀ ਕਥਾ ਨੂੰ ਭਾਵੇਂ ਅੱਖਰੀ ਕਿਹਾ ਹੈ, ਜੋ ਉੱਤੇ ਅਕਸ਼ਰ ਲਿਖੇ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾਇਆ। ਮੈਨੂੰ ਪਤਾ ਹੈ ਅਗਲੀ ਸਾਰੀ ਇਹ ਅਸ਼ਟਪਦੀ ਜਿਹੜੀ ਆ ਇਹ ਉਦੋਂ ਪਤਾ ਲੱਗਣਾ, ਕੱਚ ਪਕਾਈ ਉੱਥੇ ਪਾਏ ਗਿਆਨ, ਜਦੋਂ ਉੱਥੇ ਪਹੁੰਚਾਂਗੇ ਫਿਰ ਆਹ ਅਸ਼ਟਪਦੀ ਦੇ ਬੋਲ ਸਾਨੂੰ ਨਾਨਕ ਨਜ਼ਰੀ ਨਜ਼ਰ ਹਾਲ ਕਰ ਦੇਣਗੇ। ਗੁਰੂ ਕਿਰਪਾ ਕਰੇ, ਮੈਂ ਅਰਦਾਸ ਕਰਦਾ ਕਲੀਵਲੈਂਡ ਦੀ ਸੰਗਤ ਨੂੰ, ਮੇਰੇ ਸਤਿਗੁਰੂ ਮੇਰੇ ਤੇ ਵੀ ਸਿਰ ਤੇ ਹੱਥ ਰੱਖੋ, ਆਹ ਮੇਰੀਆਂ ਧੀਆਂ ਵੀਰਾਂ ਗੁਰਸਿੱਖਾਂ ਦੇ ਸਿਰ ਤੇ ਹੱਥ ਰੱਖੋ, ਤਾਂ ਕਿ ਇਸ ਅਸ਼ਟਪਦੀ ਦੇ ਸਾਨੂੰ ਅਰਥ ਆ ਜਾਣ, ਸਾਨੂੰ ਪਤਾ ਲੱਗ ਜਾਵੇ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ। ਫਿਰ ਸਾਰੀ ਅਸ਼ਟਪਦੀ ਚ ਹਰ ਪਦੇ ਦੇ ਵਿੱਚ ਆਪ ਦੀ ਗੱਲ ਹੋਊਗੀ ਵੀ ਆਪ ਹੀ ਆਪ ਆ ਵਾਹਿਗੁਰੂ, ਉਹ ਤੋਂ ਬਿਨਾਂ ਕੋਈ ਦੂਸਰਾ ਹੈ ਨਹੀਂ। ਭੁੱਲਾ ਨਾ ਚਿਤਾਰਿਓ ਜੀ, ਅਸੀਸ ਬਖਸ਼ੋ। ਆਓ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀਏ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜਿਨ੍ਹਾਂ ਦਾ ਸ਼ਹਾਦਤ ਦਾ ਪੁਰਬ ਮਨਾ ਰਹੇ ਹਾਂ, ਸਾਰਿਆਂ ਨੂੰ ਅੰਮ੍ਰਿਤ ਵੇਲੇ ਉਠਾਏ, ਇਸ਼ਨਾਨ ਦੀ ਦਾਤ ਬਖਸ਼ੇ, ਨਿਤਨੇਮ ਤੁਹਾਡੇ ਬੱਚਿਆਂ ਨੂੰ ਮਿਲੇ। ਆਖੋ ਵਾਹਿਗੁਰੂ। ਬਹੁਤ ਨਿੱਕੇ ਜਿਹੇ ਭਚੰਗੀ ਦੇ ਕਿਰਪਾ ਗੁਰੂ ਨਾਨਕ ਸਾਹਿਬ ਦੀ, ਉਹ ਇੱਕ ਗੁੜੀਆ ਹੈ ਇਹਦੇ ਨਾਲ, ਉਹ ਵੀ ਤੁਹਾਡੀ ਧੀ ਆ, ਉਹਦੇ ਕੇਸ ਵੇਖੋ, ਇਹ ਇੱਕ ਤੇਰੀ ਕਮਾਈ ਜੀਵਨ ਦੀ ਪੁੱਤੇ ਹੀ ਆ, ਤੇਰੇ ਕੋਲ ਪੈਸੇ ਘੱਟ ਹੋਣ ਮਗਰ ਜੋ ਕਮਾਉਣ ਆਈ ਹੈ ਜੀਵ ਆਤਮਾ ਉਹ ਤੋਂ ਕਮਾ ਲਿਆ। ਦੋ ਬੂਟੇ ਪਾਲਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਦੋ ਨੇ ਕਿ ਤਿੰਨ ਨੇ, ਤਿੰਨ ਦੋ ਬੂਟੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਗ ਵਿੱਚ ਤੂੰ ਪਾਲਤੇ ਸਿੱਖ ਬਣਾ ਕੇ। ਇੱਕ ਬੀਬੀ ਕੈਲੀਫੋਰਨੀਆ ਚ ਆ, ਅਖੰਡ ਕੀਰਤਨੀ ਜਥੇ ਦੀ ਆ, ਅੱਖ ਵਾਹਿਗੁਰੂ। ਉਹ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਉਠਾਉਣ ਦੀ ਨਾ ਸਵੇਰੇ, ਮੈਂ ਉਸ ਕਮਰੇ ਸੁੱਤਾਂ ਜਿੱਥੇ ਬੱਚੇ ਸੁੱਤੇ, ਆਪ ਜੀ ਉੱਠੋ ਜੀ ਇਸ਼ਨਾਨ ਕਰ ਲਓ ਮੈਂ ਤੁਹਾਡਾ ਲੰਗਰ ਬਣਾਵਾਂ, ਬੱਚਿਆਂ ਨੂੰ ਕਹਿੰਦੀ। ਮੈਂ ਪੁੱਛਿਆ, ਮੈਂ ਕਿਹਾ ਬੇਟਾ ਤੂੰ ਆਪਣੇ ਬੱਚਿਆਂ ਨੂੰ ਆਪ ਜੀ ਕਹਿ ਕੇ ਬੁਲਾਉਣੀ? ਕਹਿੰਦੀ ਮੇਰੇ ਪੁੱਤ ਨਹੀਂ ਗਏ, ਇਹ ਧੀਆਂ ਮੇਰੀਆਂ ਨਹੀਂ ਗੀਆਂ, ਇਹ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਦੀ ਔਲਾਦ ਆ, ਮੈਨੂੰ ਇਹ ਪੈਦਾ ਕਰਕੇ ਦਿੱਤੇ ਨੇ, ਤੂੰ ਪਾਲ ਕੇ ਦੇ ਦੇ ਸਿੱਖੀ ਦੇ ਬਾਗ ਵਿੱਚ ਇਹ ਬੂਟੇ, ਅਤੇ ਮੈਂ ਇਹਨਾਂ ਨੂੰ ਸਿੱਖ ਬਣਾਉਣਾ, ਮੇਰਾ ਧਰਮ ਹੈ ਵੀ ਮੈਂ ਇਹਨਾਂ ਨੂੰ ਅੰਮ੍ਰਿਤ ਵੇਲੇ ਉਠਾਵਾਂ, ਇਸ਼ਨਾਨ ਕਰਾਵਾਂ, ਨਿਤਨੇਮ ਕਰਾਵਾਂ, ਫਿਰ ਸਕੂਲੇ ਭੇਜਾਂ। ਅੱਜ ਉਹ 6.5-6 ਫੁੱਟ ਲੰਮੇ ਦੋਵੇਂ ਭਰਾ ਹੋਏ ਨੇ, ਅਤੇ ਤੇਗੇ ਪਾ ਕੇ ਪਤਾ ਲੱਗ ਗਿਆ, ਪਿੱਛੇ ਢਾਲਾਂ ਪਾ ਕੇ ਉਹ ਹੈਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਂਦੇ ਨੇ ਬੱਚੇ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਪੁੱਤਰ ਤੁਹਾਨੂੰ ਕਾਲੇ ਗੋਰੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਦੇ ਉੱਥੇ ਬੱਚੇ ਪੜ੍ਹਨ ਆਉਂਦੇ, ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਕਦੀ?
ਕਹਿੰਦੇ ਭੱਜ ਭੱਜ ਕੇ ਆਣ ਕੇ ਹਰ ਦੇਸ਼ ਦਾ ਬੱਚਾ ਸਾਡੇ ਨਾਲ ਫੋਟੋ ਲਵਾਉਂਦਾ ਹੈ। ਆ ਸਰੂਪ ਅਨੂਪ ਵੇਖਿਆ, ਇਸ ਤਰ੍ਹਾਂ ਦਾ ਸਰੂਪ ਤੇ ਦੁਨੀਆਂ ਦੇ ਉੱਤੇ ਹੈ ਹੀ ਨਹੀਂ। ਇਹ ਤੁਸੀਂ ਕਿਰਪਾ ਕਰੋ, ਜਿਹੜੇ ਪਾਲਤੇ ਨੇ ਹੋਰ ਵੀ ਮੇਰੇ ਭੈਣ ਭਰਾ ਜਿਨ੍ਹਾਂ ਦੇ ਘਰ ਰੱਬ ਨੇ ਬੱਚੇ ਦਿੱਤੇ ਆ, ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਮਾਨਤ ਜਾਣ ਕੇ ਪਾਲੋ, ਇਹਨਾਂ ਦੇ ਕੇਸਾਂ ਨੂੰ ਸੰਭਾਲੋ, ਇਹਨਾਂ ਨੂੰ ਸਵੇਰੇ ਉਠਾਓ, ਇਹਨਾਂ ਨੂੰ ਪਤਾ ਨਹੀਂ ਗਾ ਅੰਮ੍ਰਿਤ ਵੇਲਾ ਕੀ ਹੁੰਦਾ ਹੈ, ਇਹਨਾਂ ਨੂੰ ਦੱਸੋ ਅੰਮ੍ਰਿਤ ਵੇਲਾ ਕੀ ਆ, ਇਹਨਾਂ ਨੂੰ ਕਹੋ ਦੱਸਣਾ ਦੱਸੋ ਵੀ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ। ਗੁਰੂ ਕਿਰਪਾ ਕਰੇ ਸਾਰਿਆਂ ਦਾ ਭਲਾ ਹੋਵੇ, ਉੱਚਾ ਸੁੱਚਾ ਜੀਵਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।